ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਕਾਸ਼ਦੀਪ ਕੌਰ ਅਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਸਿੰਘ ਚੈਟ ਦੇ ਉੱਤੇ। ਅੱਜ ਤੱਕ ਤੁਸੀਂ ਜਿੰਨੀਆਂ ਵੀ ਵੀਡੀਓਜ਼ ਦੇਖਦੇ ਆਏ ਉਹ ਸਾਰੀਆਂ ਗੁਰਬਾਣੀ ਨਾਲ ਰਿਲੇਟਡ ਸੀ। ਮੈਂ ਤੁਹਾਡੇ ਤੋਂ ਪੁੱਛਦੀ ਹਾਂ, ਆਪਾਂ ਗੁਰਬਾਣੀ ਕਿਉਂ ਪੜ੍ਹਦੇ ਹਾਂ? ਜ਼ਾਹਿਰ ਜਿਹੀ ਗੱਲ ਹੈ, ਖੁਸ਼ੀ ਮਿਲਦੀ ਹੈ ਤਾਂ ਪੜ੍ਹਦੇ ਹਾਂ। ਹੁਣ ਖੁਸ਼ੀ ਕਿਸੇ ਨੂੰ ਲੂਣਾ ਖਾਣ 'ਚ ਮਿਲਦੀ ਹੈ ਅਤੇ ਕਿਸੇ ਨੂੰ ਮਿੱਠਾ ਖਾਣ 'ਚ। ਖੁਸ਼ੀ ਬਾਜ਼ਾਰਾਂ ਵਿੱਚ ਨਹੀਂ ਵਿਕਦੀ, ਇਹ ਨਾ ਹੀ ਮਿਲਦੀ ਹੈ ਜੰਗਲਾਂ ਵਿੱਚ ਜਾਂ ਅਸਮਾਨ 'ਚ ਜਾਂ ਪਹਾੜਾਂ 'ਚ। ਇਹ ਮਿਲਦੀ ਹੈ ਗੁਰਬਾਣੀ ਦੇ ਅਰਥ ਸਮਝ ਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ 'ਤੇ। ਹੁਣ ਹੱਸੀ ਦਾ, ਖੁਸ਼ੀ ਦਾ ਮਹੱਤਵ ਆਪਣੀ ਜ਼ਿੰਦਗੀ ਵਿੱਚ ਕੀ ਹੈ, ਆਪਣੇ ਲਫ਼ਜ਼ਾਂ ਵਿੱਚ ਦਰਸਾਉਂਦੀ ਹੋਈ ਤੁਹਾਡੇ ਸਾਹਮਣੇ ਰੱਖਦੀ ਹੈ। ਹੱਸੀ ਕੌਣ ਨਹੀਂ ਚਾਹੁੰਦਾ, ਦੁੱਖ ਦੂਰ ਕਰਨਾ ਕੌਣ ਨਹੀਂ ਚਾਹੁੰਦਾ, ਪੱਥਰ ਵਰਗਾ ਜੋ ਦਿਲ ਪਿਘਲਾ ਦੇ ਐਸੀ ਹੱਸੀ ਕੌਣ ਨਹੀਂ ਚਾਹੁੰਦਾ। ਇਹ ਹਥਿਆਰ ਐਸਾ ਹੈ ਜੋ ਦੁਸ਼ਮਣ ਨੂੰ ਮਾਰ ਗਿਰਾਵੇ, ਦੋਸਤੀ ਦੀ ਸ਼ੁਰੂਆਤ ਹੈ ਇਸ ਤੋਂ ਮਨੁੱਖ ਦੀ ਸ਼ਾਨ ਵਧਾਵੇ। ਖੁਸ਼ੀ ਦਾ ਪ੍ਰਤੀਕ ਹੈ ਇਹ ਸੰਗ ਅਥਰੂ ਕਈ ਵਾਰ ਜੋ ਆਵੇ, ਕਈ ਵਾਰ ਬਚਪਨੇ 'ਚ ਇਹ ਬੰਦਾ ਚੀਕਾ ਮਾਰਨ ਤੱਕ ਲਾ ਦੇ। ਹੁਣ ਦੋਸਤੀ ਵਰਗੀ ਪਿਆਰੀ ਚੀਜ਼ ਦੀ ਸ਼ੁਰੂਆਤ ਹੁੰਦੀ ਹੈ ਇਸ ਤੋਂ, ਜਦੋਂ ਆਪਾਂ ਦੋ ਲੋਕ ਮਿਲਦੇ ਹਾਂ, ਸਾਨੂੰ ਪਹਿਲੀ ਚੀਜ਼ ਹੁੰਦੀ ਹੈ ਸਮਾਈਲ। ਆਪਾਂ ਇੱਕ ਦੂਸਰੇ ਨੂੰ ਦੇਖ ਕੇ ਸਮਾਈਲ ਕਰਦੇ ਹਾਂ, ਉਹ ਸਮਾਈਲ ਹੀ ਹੁੰਦੀ ਹੈ ਜੋ ਆਪਾਂ ਨੂੰ ਅੱਗੇ ਗੱਲ ਕਰਨ 'ਤੇ ਮਜਬੂਰ ਕਰ ਦਿੰਦੀ ਹੈ। ਪਰ ਕੁਛ ਲੋਕ ਹੁੰਦੇ ਨੇ ਜੋ ਇਸ ਹੱਸੀ ਦਾ, ਇਸ ਸਮਾਈਲ ਦਾ, ਖੁਸ਼ੀ ਦਾ ਵੀ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਨੇ। ਉਹ ਵੀ ਪੱਕ ਸਾਹਮਣੇ ਰੱਖਦੀ ਹੋਈ, ਬਨਾਵਟੀ ਯਾਰ ਕਈ ਨੇ ਫਿਰਦੇ, ਮੁਸਕਾਨ ਦੇ ਨਾਂ 'ਤੇ ਫਰੇਬ ਨੇ ਕਰਦੇ। ਪੈਸੇ ਦੇ ਜੋ ਯਾਰ ਇਹ ਪੱਕੇ, ਮੁਸਕੁਰਾਹਟਾਂ ਨਾਲ ਨਸੌਦੇ ਕਰਦੇ। ਜੋ ਪਹਿਲਾਂ ਖਿੜ ਖਿੜ ਮਿਲਦੇ ਸੀ, ਅੱਜ ਨਜ਼ਾਰੇ ਵੱਖਰੇ ਹੁੰਦੇ ਨੇ। ਸੈਲਫੀ ਮੂਹਰੇ ਖਿੜ ਖਿੜ ਹੱਸਦੇ, ਕਦੇ ਸਿੱਧੇ ਮੂੰਹ ਨਾਲ ਬੁਲਾਉਂਦੇ ਨੇ। ਮੁਸਕੁਰਾਹਟਾਂ ਵਰਗੀ ਅਨਮੋਲ ਚੀਜ਼ ਦਾ ਮਜ਼ਾਕ ਸਭ ਨੇ ਬਣਾ ਦਿੱਤਾ, ਰੂਹ ਤੋਂ ਨਿਕਲੀ ਪਵਿੱਤਰ ਚੀਜ਼ ਨਿਸਵਾਰਥ ਦਾ ਚਿੰਨ੍ਹ ਬਣਾ ਦਿੱਤਾ। ਹੁਣ ਇਹ ਆਖਰੀ ਦੀਆਂ ਕੁਛ ਸਤਰਾਂ ਮੈਂ ਚਾਹੁੰਦੀ ਹਾਂ ਕਿ ਨਾ ਹੀ ਕਿਸੇ ਦੀ ਜ਼ਿੰਦਗੀ ਵਿੱਚ ਆਉਣ। ਰੱਬ ਕਰੇ ਕਿਸੇ ਦੀ ਜ਼ਿੰਦਗੀ ਵਿੱਚ ਇਹ ਆਖਰੀ ਦੀਆਂ ਸਤਰਾਂ ਨਾ ਆਉਣ। ਪਰ ਜੇ ਆਪਾਂ ਗੁਰਬਾਣੀ ਨੂੰ ਇਗਨੋਰ ਕਰਾਂਗੇ ਤਾਂ ਡੈਫੀਨੇਟਲੀ ਇਹ ਆਖਰੀ ਦੀਆਂ ਸਤਰਾਂ ਹੀ ਆਪਣੀ ਜ਼ਿੰਦਗੀ ਦਾ ਪਾਠ ਹੋਣਗੀਆਂ। ਕਿਸੇ ਨੇ ਖੂਬ ਕਿਹਾ ਹੈ ਕਿ ਜ਼ਿੰਦਗੀ ਵਿੱਚ ਹਰ ਦਮ 'ਤੇ ਹੱਸਦੇ ਰਹੋ, ਹੱਸਣਾ ਜ਼ਿੰਦਗੀ ਦੀ ਜ਼ਰੂਰਤ ਹੈ। ਜ਼ਿੰਦਗੀ ਨੂੰ ਇਸ ਅੰਦਾਜ਼ ਨਾਲ ਜੀਓ ਕਿ ਜ਼ਿੰਦਗੀ ਤੁਹਾਨੂੰ ਦੇਖ ਕੇ ਕਵੇ ਕਿ ਮੈਂ ਕਿੰਨੀ ਖੂਬਸੂਰਤ ਹਾਂ। ਹੁਣ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਆਪਣੇ ਵਿਚਾਰ ਸਾਡੇ ਨਾਲ ਕਮੈਂਟ ਬਾਕਸ 'ਚ ਸਾਂਝੇ ਕਰਨਾ ਨਾ ਭੁੱਲਿਓ। ਧੰਨਵਾਦ।